385 ਦੀ ਰੈਂਕ ਆ ਜੀ, ਪਾਲਿਸ਼ ਹੋ ਰਹੀ ਹੈ ਅਤੇ ਇਹ ਜੀ ਪਾਲਿਸ਼ ਹੋ ਰਹੀ ਹੈ ਜੀ। ਇਹ ਜੀ ਜਿਹੜੀ ਗਾਜ਼ੀ ਦੀ ਹੈ ਕਰੈਂਕ ਜਿਹੜੀ ਹੈ ਇਹ ਸਾਡੇ ਵਾਲੇ ਟਰੈਕਟਰ ਦੀ ਹੈ, ਇਹ ਚੱਲਿਆ ਜੀ 15 ਸਾਲ ਅਤੇ ਇਹਦੇ 'ਚ ਕੀ ਆਪਣਾ ਸਹੀ ਹਜੇ ਵੀ ਸਟੈਂਡਰਡ ਦਾ ਹੀ ਹੈ ਅਜੇ, ਲੇਕਿਨ ਇਹ ਤੁਹਾਡੀ ਆਪਣੀ ਸੰਭਾਲ ਹੈ ਜੀ ਜੀ, ਜਿਹੜੇ ਕਸਟਮਰ ਨੇ ਅੱਛੇ ਤਰੀਕੇ ਨਾਲ ਟਰੈਕਟਰ ਚਲਾਇਆ। ਹਾਂਜੀ, ਉਹਦਾ ਮੋਬਾਇਲ ਵਗੈਰਾ, ਉਹਦਾ ਫਿਲਟਰ ਵਗੈਰਾ ਜੀ ਜੀ, ਜਿਹੜਾ ਸਹੀ 100 ਘੰਟੇ ਬਾਅਦ ਜਾਂ ਯਾਨੀ ਕਿ 80 ਘੰਟੇ ਬਾਅਦ ਪਹੁੰਚਿਆ। ਕਿਹੜੀ ਕੰਪਨੀ ਦੀ ਹੈ? ਜਿਹੜਾ ਮੋਬਾਇਲ 2 ਨੰਬਰ ਨਹੀਂ ਇਸਤੇਮਾਲ ਹੋਇਆ। ਅੱਛਾ, ਜਿਸ ਟਰੈਕਟਰ 2 ਨੰਬਰ ਜਿਹੜਾ ਮੋਬਾਈਲ ਆਇਲ ਇਸਤੇਮਾਲ ਹੋਵੇਗਾ, ਹਾਂਜੀ, ਉਹਦੀ ਜਿਹੜੀ ਕਰੈਂਕ ਵੀ ਖਰਾਬ ਹੋਵੇਗੀ, ਪਿਸਟਨ ਵੀ ਖਰਾਬ ਹੋ ਗਿਆ, ਕਨੈਕਟਰ ਰਾਡ ਵੀ ਖਰਾਬ ਹੋ ਜਾਏਗਾ ਜੀ ਜੀ, ਕਿਉਂਕਿ ਕਾਫੀ ਚੀਜ਼ਾਂ ਖਰਾਬ ਹੋ। ਭਾਈ ਸਾਹਿਬ ਮੈਂ ਕਹਿੰਦਾ ਕਿ ਟਰੈਕਟਰ ਨੂੰ ਤੁਸੀਂ ਤੰਗ ਨਾ ਕਰੋ, ਤੁਹਾਨੂੰ ਤੰਗ ਨਹੀਂ ਕਰੇਗਾ, ਬਿਲਕੁਲ ਅਸਲ ਕੰਮ ਚੰਗਾ ਕਰਵਾਓ, ਕੰਮ ਅੱਛਾ ਕਰਵਾਓ, ਅਸਲ ਦੀ ਮਦਦ ਕਰੋ ਟਾਈਮ ਨਾਲ। ਇਹ ਕਿਹੜੀ ਕੰਪਨੀ ਦੀ ਹੈ ਜੀ ਕਰੈਂਕ? ਇਹ ਜਨਾਬ ਹੀਮਾ ਤੁਰਕੀ, ਹੀਮਾ ਤੁਰਕੀ ਦੀ ਹੈ ਜੀ। 2009 ਮਾਡਲ ਵਿੱਚ ਇਹ ਕਰੈਂਕ ਆਈ ਹੈ ਅਤੇ ਅਜੇ ਸਟੈਂਡਰਡ ਦੇ 15 ਸਾਲ ਚੱਲ ਗਿਆ ਟਰੈਕਟਰ। ਪਾਕਿਸਤਾਨ ਵਿੱਚ ਜਦੀਦ ਤਰੀਨ ਮਸ਼ੀਨ ਹੈ ਇਹ, ਕੰਪਨੀ ਦਾ ਨਾਂ ਭਾਈ ਸਾਡੀ ਫਰਾਂਸ ਦੀ ਮਸ਼ੀਨ ਹੈ। ਸਹੀ, ਇਹ ਨਾਯਾਬ ਚੀਜ਼ ਹੈ, ਪਾਕਿਸਤਾਨ ਵਿੱਚ ਕਿਸੇ ਬੋਰਿੰਗ ਵਾਲੇ ਕੋਲ ਨਹੀਂ ਹੋਏਗੀ। ਅੱਛਾ ਜੀ, ਇਹ ਤਕਰੀਬਨ ਇਹਦਾ ਰੇਟ ਇਸ ਟਾਈਮ 1.25 ਕਰੋੜ ਰੁਪਏ, 1.25 ਕਰੋੜ ਦੀ ਹੈ ਮਸ਼ੀਨ। ਮੈਂ ਸਾਊਦੀਆ ਜੀ ਦਮਾਮ 'ਚ ਕੰਮ ਕੀਤਾ, ਠੀਕ ਹੈ, ਮਦੀਨੇ ਸ਼ਰੀਫ ਵੀ ਮੇਰੇ ਹਾਂ। ਸਹੀ, ਫਿਰ ਕਿੱਦਾਂ ਨਾ ਦਮਾਮ ਮੱਕੇ 'ਚ ਵੀ ਮੇਰੇ, ਹਾਂ ਮੱਕੇ 'ਚ ਵੀ ਤਕਰੀਬਨ ਜਿੰਨੀਆਂ ਵਰਕਸ਼ਾਪਾਂ ਨੇ ਸਾਰੇ ਮੇਰੇ ਦੋਸਤ ਨੇ, ਕਰੀਬੀ ਦੋਸਤ ਨੇ ਮੇਰੇ। ਦਮਾਮ ਕਿਹੜੀ ਜਗ੍ਹਾ ਤੇ ਵਰਕਸ਼ਾਪ ਸੁਣਾਈਏ? ਦਮਾਮ ਮਖਰਤ ਸੁਣਾਈਆ ਹੈਗਾ ਜੀ, ਜਵੇਰ ਰੋਡ ਤੇ। ਹਾਂਜੀ, ਮਖਰਤਾ ਨਫਾ ਜਿਹਦੇ 'ਚ ਮੈਂ ਕੰਮ ਕੀਤਾ ਹੈ, ਪੈਟਰੋਲ ਡੀਜ਼ਲ ਦੁਨੀਆ ਦੀ ਹਰ ਕਿਸਮ ਦੀ ਗੱਡੀ ਦਾ। ਅੱਛਾ, ਜਿਹੜੇ ਨਵੇਂ ਮਕੈਨਿਕ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਬਸ ਨਵੇਂ ਉਹਨਾਂ ਦਾ ਅੱਜ ਕੱਲ੍ਹ ਤਜਰਬਾ ਕੋਈ ਨਹੀਂ ਹੈ, ਬਾਬੇ ਮਕੈਨਿਕ ਜਿਹੜੇ ਨੇ ਸਾਰੇ ਪੁਰਾਣੇ ਜਿਹੜੇ ਨੇ ਇਹੀ ਤਜਰਬਾਕਾਰ ਨੇ। ਸਹੀ, ਠੀਕ ਹੈ ਨਾ ਜੀ। ਭਾਈ ਸਾਹਿਬ ਇਹ ਦੱਸੋ ਕਿ ਸਾਡੇ ਵੀ ਇੱਕ ਮਾਇਆ ਨਾਜ ਇੰਜੀਨੀਅਰ ਹੈ ਨਦੀਮ ਸਾਹਿਬ ਬਰਕੀ, ਲਾਹੌਰ ਤੋਂ। ਨਦੀਮ ਸਾਹਿਬ ਬਰਕੀ, ਉਹਨਾਂ ਨੂੰ ਉਹਨਾਂ ਕੋਲ ਤਾਂ ਮਸ਼ੀਨਰੀ ਨਹੀਂ ਹੈ, ਇਹ ਤਾਂ ਦੁਨੀਆ ਦੀ ਜਦੀਦ ਤਰੀਨ ਮਸ਼ੀਨਰੀ ਨਦੀਮ ਸਾਹਿਬ ਕੋਲ ਨਹੀਂ ਹੈ। ਮਹਿੰਗੀ ਮਸ਼ੀਨਾਂ ਨੇ ਮੈਂ ਦੇਖੀਆਂ ਨੇ। ਨਹੀਂ 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 ਨਹੀਂ, ਇਹ ਚੀਜ਼ ਦਾ ਸੈਟਅਪ ਹੀ ਨਹੀਂ ਹੈ, ਉਹ ਸਾਨੂੰ ਦਿਖਾ ਦਿਓ ਵੀ ਉਹਦੇ ਕੋਲ ਸੈਟਅਪ ਹੈਗਾ। ਇਸ ਬਾਰੇ ਇਲਮ ਹੀ ਨਹੀਂ ਹੈ ਉਹਨਾਂ, ਸੋਸ਼ਲ ਮੀਡੀਆ ਦਾ ਦੌਰ ਹੈ, ਇਹਦੇ ਵਿੱਚ ਲੋਕਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਬੇਵਕੂਫ ਬਣਾਉਣਾ, ਲੇਕਿਨ ਅਸੀਂ ਨਹੀਂ ਇਹ ਕੰਮ ਕਰਦੇ ਜੀ। ਜੀ, ਪਰਸੋਂ ਸਾਰੀ ਮੀਂਹ ਉੱਥੇ ਲਾਹੌਰ ਬੁਰਾ ਆਇਆ, ਮੀਂਹ ਬਾਰਿਸ਼ ਸਾਰੀ ਲਾਹੌਰ ਹੋਈ ਸਾਨੂੰ, ਲੇਕਿਨ ਜੱਦਾ ਆਟੋਸ ਦਾ ਨਾਂ ਸੁਣਿਆ ਜੀ, ਹਾਜੀ ਸਾਹਿਬ ਨੇ ਸਾਨੂੰ ਕੀਤਾ, ਅੱਗੇ ਅਸੀਂ ਕੰਮ ਸ਼ਾਮ ਉੱਥੋਂ ਹੀ ਕਰਾਉਂਦੇ ਹਾਂ, ਟਰੈਕਟਰ ਸਾਡੇ ਕੋਲ 3-4 ਹੈ ਨੇ ਅਲਹਮਦੁਲਿਲਾ, ਅਤੇ ਬੜਾ ਮਜ਼ਾ ਆਇਆ ਜੀ, ਹਾਲੇ ਸ਼ੁਰੂ ਹੋਣ ਲੱਗਾ ਕੰਮ, ਲੇਕਿਨ ਅਸੀਂ ਮੁਤਮਿਨ ਹੋ ਗਏ ਜੀ, ਕੰਮ ਸਹੀ ਲੱਗਾ ਕਿ ਰੇਟ? ਨਹੀਂ, ਰੇਟ ਤਾਂ ਹਾਲੇ ਅਸੀਂ ਵੇਖਾਂਗੇ ਨਾ, ਰੇਟ ਤਾਂ ਬਾਅਦ ਦੀ ਗੱਲ ਹੈ ਨਾ, ਜਦੋਂ ਸਾਡੇ ਕੋਲ ਪੈਸੇ ਮੰਗਣਗੇ, ਲੇਕਿਨ ਅਸੀਂ ਕੰਮ ਤੋਂ ਅਸੀਂ ਮੁਤਮਿਨ, ਰੇਟ ਜਿਹੜਾ ਵੀ ਲਾ ਲੈਣਗੇ ਸਾਨੂੰ ਮਨਜ਼ੂਰ। 15-20 ਇੰਜਨ ਹਮਾਰੇ ਲਈ ਕੋਈ ਕੰਮ ਹੈ, ਸਵੇਰ ਲੈ ਕੇ ਆਓ, ਸ਼ਾਮ ਕੋ ਲੈ ਕੇ ਚਲੇ ਜਾਓ। ਮਾਸ਼ਾਅੱਲਾ ਜੀ, ਬੜੀ ਬਾਤ ਹੈ, 15-20 ਇੰਜਨ ਰੋਜ਼ਾਨਾ? ਹਾਂ, ਐਸੇ ਹੀ ਹੁੰਦਾ ਹੈ, ਰੋਜ਼ਾਨਾ 4 ਘੰਟੇ ਲੱਗਤੇ ਹੈ ਇੰਜਨ ਕੇ ਉੱਪਰ ਜੀ, 3-4 ਘੰਟੇ ਲੱਗਤੇ ਹੈ। ਠੀਕ ਹੋ ਗਿਆ ਜੀ, ਲੈ ਕੇ ਆਓ 15 ਇੰਜਨ, ਲੈ ਕੇ ਆਓ 20 ਇੰਜਨ, ਲੈ ਕੇ ਆਓ, ਔਰ ਰਾਤ ਕੋ ਹਮਸੇ 7-8 ਵਜੇ ਲੈ ਲਓ ਸਰ। ਅਸਲਾਮ ਅਲੈਕੁਮ ਜੀ ਦੋਸਤੋ, ਮੈਂ ਇਸ ਵੇਲੇ ਮੌਜੂਦ ਹਾਂ ਜੀ ਫੈਸਲਾਬਾਦ ਲਾਰੀ ਅੱਡੇ ਦੇ ਕੋਲ ਜੀ, ਇਹ ਵਰਕਸ਼ਾਪ ਹੈ ਜੱਦਾ ਆਟੋ ਦੇ ਨਾਮ ਤੋਂ, ਅਤੇ ਇੱਥੇ ਜੀ ਆਪਣਾ ਟਰੈਕਟਰਾਂ ਦੇ ਕੰਮ ਹੋ ਰਿਹਾ ਜੀ, ਤੁਹਾਨੂੰ ਦਿਖਾਉਂਦੇ ਹਾਂ, ਅਤੇ ਸਾਡਾ ਆਪਣਾ ਟਰੈਕਟਰ ਦਾ ਵੀ ਇੱਥੇ ਗਾਜ਼ੀ ਜਿਹੜਾ 2009 ਮਾਡਲ ਹੈ ਉਹਦਾ ਇੰਜਨ ਦਾ ਕੰਮ ਕਰਵਾਉਣ ਵਾਸਤੇ ਇੱਥੇ ਆਏ ਹਾਂ, ਅਤੇ ਮਾਸ਼ਾਅੱਲਾ ਇੱਥੇ ਗੱਲਬਾਤ ਦੇਖੀ ਹੈ, ਬੜੇ ਅੱਛੇ ਮਕੈਨਿਕ ਨੇ, ਹੋਰ ਬੜਾ ਮਿਆਰੀ ਕੰਮ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਵਰਕਸ਼ਾਪ ਦੇ ਓਨਰ ਸਾਡੇ ਨਾਲ ਹੈ, ਇਹਨਾਂ ਨੂੰ ਪੁੱਛਦੇ ਹਾਂ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਆ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਜੀ ਸਰ, ਸਭ ਤੋਂ ਪਹਿਲਾਂ ਜੀ ਆਪਣਾ ਤਾਰਫ ਕਰਵਾਇਓ। ਮੇਰਾ ਨਾਮ ਹੈ ਜੀ ਚੌਧਰੀ ਮੁਹੰਮਦ ਸਾਬਤ। ਇਹ ਆਪਣੀ ਜਿਹੜੀ ਵਰਕਸ਼ਾਪ ਹੈ ਇਹਦਾ ਕੀ ਨਾਮ ਹੈ? ਇਹਦਾ ਨਾਮ ਹੈ ਜੀ ਜੱਦਾ ਆਟੋ ਇੰਜੀਨੀਅਰ ਵਰਕਸ਼ਾਪ। ਅਤੇ ਕਿਹੜੀ ਜਗ੍ਹਾ 'ਤੇ ਹੈ ਜੀ? ਇਹ ਹੈ ਜੀ ਜਨਰਲ ਬੱਸ ਸਟੈਂਡ, ਜਿਹਨੂੰ ਪੰਜਾਬੀ ਦਾ ਲਾਰੀ ਅੱਡਾ ਵੀ ਕਹਿੰਦੇ, ਲਾਰੀ ਅੱਡੇ ਦੇ ਕੋਲ ਹੈ ਜੀ ਫੈਸਲਾਬਾਦ। ਇਹ ਜਿਹੜੀ ਆਪਣੀ ਵੱਡਾ 2 ਜਨਰਲ ਬੱਸ ਸਟੈਂਡ। ਅੱਛਾ, ਆਪਣੀ ਵਰਕਸ਼ਾਪ ਦੇ ਇਹ ਕਿੰਨੇ ਅਰਸੇ ਤੋਂ ਤੁਸੀਂ ਇੱਥੇ ਫੈਸਲਾਬਾਦ? ਤਕਰੀਬਨ 75। ਠੀਕ ਹੈ ਜੀ, 1975 ਦੀ, 1975 ਦੀ, ਯਾਨੀ ਕਿ 50 ਸਾਲ ਹੋਣ ਵਾਲੇ ਨੇ ਤਕਰੀਬਨ।
ਇੱਥੇ ਆਪਣਾ ਕਿਹੜਾ ਕਿਹੜਾ ਕੰਮ ਕਰ ਰਹੇ ਹਾਂ ਜੀ ਤੁਸੀਂ ਟਰੈਕਟਰਾਂ ਦਾ? ਇੱਥੇ ਤਕਰੀਬਨ ਹਰ ਕਿਸਮ ਦਾ ਭਾਜੀ, ਅੱਛਾ ਪੈਟਰੋਲ ਦਾ ਵੀ, ਡੀਜ਼ਲ ਦਾ ਵੀ, ਹਾਂਜੀ, ਅੱਛਾ 16 ਸਿਲੰਡਰ ਤੱਕ, ਜਿਹੜਾ ਵੀ ਛੋਟੇ ਤੋਂ ਛੋਟਾ ਇੰਜਨ ਸਹੀ, ਜਿਹੜਾ ਸੁਜ਼ੂਕੀ ਤੋਂ ਲੈ ਕੇ ਜੀ 16 ਸਿਲੰਡਰ ਤੱਕ। ਅੱਛਾ, ਤੁਹਾਡੇ ਮੈਂ ਮਕੈਨਿਕਾਂ ਨਾਲ ਕੇ ਗੱਲਬਾਤ ਕੀਤੀ ਹੈ, ਮਾਸ਼ਾਅੱਲਾ ਬੜੇ ਸਿਆਣੇ ਸਮਝਦਾਰ, ਅਲਹਮਦੁਲਿਲਾ ਬੜੇ ਪੁਰਾਣੇ ਮਕੈਨਿਕ ਨੇ, ਪੁਰਾਣੇ ਮਕੈਨਿਕ ਨੇ, ਕੰਮ ਨੂੰ ਸਮਝਦੇ ਆ। ਫਿਰ ਤੁਹਾਡੀ ਖਾਸ ਗੱਲ ਇਹ ਮੈਂ ਦੇਖੀ ਕਿ ਜਿਹੜਾ ਸਮਾਨ ਚੱਲਦਾ ਤੁਸੀਂ ਉਹਨੂੰ ਚਲਾਉਂਦੇ ਹੋ, ਜਿਹੜਾ ਨਹੀਂ ਚੱਲਦਾ ਉਹਨੂੰ ਨਹੀਂ ਚਲਾਉਂਦੇ। ਬੇਸ਼ੱਕ, ਐਸੇ ਤਰ੍ਹਾਂ। ਤੇ ਅਗਰ ਕੋਈ ਗਾਹਕ ਸਮਾਨ ਲੈ ਕੇ ਆਉਂਦਾ ਉਹਨੂੰ ਤੁਸੀਂ ਕਹਿੰਦੇ ਕਿ ਵਾਪਸ ਕਰਿਆ, ਤੇਰਾ ਚੱਲ ਜਾਏਗਾ, ਪੁਰਾਣਾ ਹੀ ਚੱਲ ਜਾਏਗਾ? ਉਹਦੇ ਸਾਰਿਆਂ ਨੂੰ ਪਹਿਲੇ ਉਹਨੂੰ ਸਮਝਾਈਦਾ ਜੀ ਕਿ ਇਹ ਚੀਜ਼ 90% ਕੰਮ ਕਰਦੀ ਹੈ ਜੀ। ਜੀ, ਅੱਛਾ ਜੀ, ਆਪਾਂ ਜਿਹੜਾ ਆਪਣਾ ਟਰੈਕਟਰ ਦਾ ਇੰਜਨ ਲੈ ਕੇ ਆਏ ਉਹਦੇ ਬਾਰੇ ਵੀ ਦੇਖਦੇ ਹਾਂ, ਸਾਨੂੰ ਪਹਿਲੇ ਜਿਹੜਾ ਆਪਣੀ ਵਰਕਸ਼ਾਪ ਦਾ ਵਿਜ਼ਿਟ ਕਰਾਓ, ਇੱਧਰ ਆ ਜਾਓ, ਦੱਸੋ ਇਹ ਮਸ਼ੀਨ ਕਾਹਦੇ ਵਾਸਤੇ ਹੈ, ਇਹਦੇ ਨਾਲ ਕੀ ਕਰ ਰਹੇ ਆ ਤੁਸੀਂ? ਇਹ ਹੈ ਜੀ ਕੁਨੈਕਟਰ ਰਾਡ ਬੁਸ਼ ਬੋਰਿੰਗ, ਕੁਨੈਕਟਰ ਰਾਡ ਦਾ ਕੰਮ ਕਰ ਰਹੀ ਹੈ ਜੀ। ਜੀ, ਕੁਨੈਕਟਰ ਰਾਡ ਬੁਸ਼ ਬੋਰਿੰਗ, ਬੁਸ਼ ਲਗਾ ਰਹੀ ਹੈ ਇਹਨੂੰ, ਕੁਨੈਕਟਰ ਰਾਡ ਲਗਾ ਰਹੀ ਹੈ। ਅਤੇ ਅਗਲੀ ਮਸ਼ੀਨ ਕਿਹੜੀ ਹੈ ਜੀ? ਇਹ ਜਿਹੜੀ ਅਗਲੀ ਮਸ਼ੀਨ ਹੈ ਜੀ, ਮੇਨ ਨੰਬਰ ਦੱਸਿਓ, ਇਹ ਇੱਧਰ ਆਇਓ। ਇਹ ਜੀ ਕਰੰਕ, ਇਹਦਾ ਕੀ ਇਹਦਾ ਕਰ ਰਹੇ ਜੀ? ਇਹ ਮੇਨ ਲਾਈਨ ਵਗੈਰਾ ਚੈੱਕ ਹੁੰਦੀ ਹੈ, ਇਹ ਜਿਹੜੀ ਕੁਨੈਕਟਰ ਰਾਡ ਹੈ ਚੈੱਕ ਹੋ ਰਿਹਾ ਜੀ। ਠੀਕ ਹੋ ਗਿਆ ਜੀ, ਸਾਈਜ਼ਿੰਗ ਤੋਂ ਬਾਅਦ ਫਿਰ ਇਕੱਲਾ ਇਕੱਲਾ ਦੇ ਕੇ ਚੈੱਕ ਕਰੀਦਾ। ਅਤੇ ਕਰੰਕ ਕਿੱਥੇ ਚੈੱਕ ਕਰਦੇ, ਇਹਦਾ ਬੈਲੈਂਸ ਵਗੈਰਾ ਉਹ ਕਿਹੜੀ ਜਗ੍ਹਾ ਦੇ? ਬੈਲੈਂਸ ਵਗੈਰਾ ਦਿਖਾਉਂਦੇ ਹਾਂ। ਇਹ ਮਸ਼ੀਨ ਕਾਹਦੀ? ਇਹ ਹੈ ਜੀ ਮੇਨ ਲਾਈਨ ਬੋਰ। ਅੱਛਾ ਜੀ, ਮੇਨ ਲਾਈਨ ਬੋਰਿੰਗ ਇਹਨੂੰ ਕਹਿੰਦੇ ਨੇ। ਸਹੀ, ਅਤੇ ਇਹ ਜਨਾਬ 385 ਦੀ ਮੇਨ ਲਾਈਨ ਬੋਰ ਹੋ। ਕਿਹੜਾ ਬਲਾਕ? 85 ਦਾ ਜੀ? ਜੀ, 385 ਦਾ, 4 ਸਿਲੰਡਰ ਜੀ, 85 ਦਾ ਬਲਾਕ ਆਇਆ ਹੋਇਆ ਜੀ। ਇਹ ਕਿਉਂਕਿ ਜਿਹੜੀ ਹੈ ਕਰੰਕਾਂ ਜ਼ਿਆਦਾ ਤੋੜਦੀ ਹੈ, ਸਹੀ, ਅਜੇ ਬਲਾਕ ਵਗੈਰਾ ਜਿਹੜਾ ਇੰਜਨ ਹੈ ਨਾ। ਅੱਛਾ ਜੀ, ਕਦੀ ਫਿਰ ਮੇਨ ਲਾਈਨ ਕਰਨੀ ਜ਼ਰੂਰੀ ਹੋ ਜਾਂਦੀ। ਸਹੀ ਹੋ ਗਿਆ ਜੀ। ਅਗਲੀ ਮਸ਼ੀਨ ਕਿਹੜੀ ਹੈ ਜੀ? ਇਹ ਜਨਾਬ ਆ ਜੀ, ਇੱਧਰ ਦੱਸੋ ਜੀ, ਇਹਦਾ ਕੀ ਕਰ ਰਹੇ? ਬੋਰ ਪਾਲਿਸ਼ ਹੋ ਗਿਆ। ਅੱਛਾ ਜੀ, ਇਹ ਬੋਰ ਪਾਲਿਸ਼ ਹੋ ਰਿਹਾ ਜੀ। ਇਹ ਤੁਸੀਂ ਦੱਸੋ ਕਿ ਮਸ਼ੀਨ ਚੱਲਦੀ ਪਈ ਆ, ਔਰ ਇਹਨਾਂ ਕੋਲ ਮਾਸ਼ਾਅੱਲਾ ਬੜਾ ਵਧੀਆ ਸਿਸਟਮ ਹੈ, ਬੋਰ ਜਿਹੜਾ ਪਾਲਿਸ਼ ਹੋ ਰਿਹਾ ਜੀ। ਇਹ ਕਿਹੜੇ ਟਰੈਕਟਰ ਦਾ ਜੀ? ਇਹ ਹੈ ਜੀ ਪੰਜਾਬ ਗਾਜ਼ੀ, ਫੈਸਲਾਬਾਦ ਦੇ ਵਿੱਚ ਇਸ ਇਲਾਕੇ 'ਚ ਕਿਸੇ ਨੇ ਕੰਮ ਕਰਵਾਉਣਾ ਹੋਵੇ ਇਹਨਾਂ ਕੋਲ ਕਰਵਾ ਸਕਦਾ ਜੀ। ਅਤੇ ਸਾਨੂੰ ਵੀ ਦੱਸ ਦਿਆ ਜੀ ਸਮਾਨ ਅਸੀਂ ਕਿਹੜਾ ਪਵਾ ਰਹੇ ਹਾਂ ਉਹ ਵੀ ਦੱਸ ਦਿਆ ਜੀ। ਇਹ ਭਾਈ ਆਇਆ ਜੀ ਸਾਡੇ ਇਲਾਕੇ ਦੇ ਵੀ ਸਾਡੇ ਨਾਲ ਹੀ ਆਏ ਆ, ਅਤੇ ਅਸਲ 'ਤੇ ਹੀ ਸਾਨੂੰ ਇੱਧਰ ਲੈ ਕੇ ਆਏ। ਇਹ ਜਨਾਬ ਬੋਰਿੰਗ ਮਸ਼ੀਨ ਹੈ ਜੀ, ਇਟਲੀ ਦੀ। ਸਹੀ, ਅੱਛਾ, ਜਿਹਨੇ ਕਿ ਜਦੀਦ ਤਰੀਨ ਨੂੰ ਕਿਹਾ ਜਾਂਦਾ ਜੀ। ਜੀ, ਅੱਛਾ ਅੱਛਾ, ਜਿਹਨੂੰ ਲੇਟੈਸਟ ਕਹਿੰਦੇ ਹਾਂ ਅਸੀਂ। ਸਹੀ, ਅੱਛਾ, ਇਹ ਬੋਰਿੰਗ ਵਾਸਤੇ ਹੈ ਜੀ? ਹਾਂਜੀ, ਬੋਰਿੰਗ ਵਾਸਤੇ ਲੇਟੈਸਟ ਮਸ਼ੀਨ। ਕਿਹੜਾ ਇੰਜਣ ਹੈ ਜੀ ਇਹਦਾ? ਇਹ ਜੀ 385 ਹੈ, 385 ਦਾ ਜੀ। ਇਹ ਲੇਟੈਸਟ ਮਸ਼ੀਨ ਹੈ ਜੀ ਇਹਨਾਂ ਦੇ ਕੋਲ, ਮਸ਼ੀਨ ਹੈ ਬੈਰਕੋ ਕੰਪਨੀ ਹੈ ਜੀ। ਅਤੇ ਇਹ ਕਿੰਨੇ ਕੁ ਦੀ ਤਕਰੀਬਨ? ਇਹ ਤਕਰੀਬਨ ਇਸ ਟਾਈਮ ਭਾਅ ਜੀ 1 ਕਰੋੜ ਰੁਪਏ ਦੀ ਮਸ਼ੀਨ। ਅੱਛੀਆਂ ਮਸ਼ੀਨਾਂ ਨਾਲ ਕੰਮ ਸਹੀ ਹੁੰਦਾ, ਫਿਰ ਮਿਆਰੀ ਕੰਮ ਹੋ ਜਾਂਦਾ ਜੀ। ਬਾਕੀ ਜੀ ਤੁਹਾਨੂੰ ਦਿਖਾਉਂਦੇ ਅੱਗੇ ਮਸ਼ੀਨ, ਇਹ ਜੀ ਕਰ ਰਹੇ ਜੀ ਇੱਧਰ? ਇਹ ਹੈ ਜੀ ਭਾਅ ਜੀ ਖਰਾਦ। ਅੱਛਾ ਜੀ, ਇਹ ਤਾਂ ਖਰਾਦ ਹੈ, ਤਾਂ ਸਾਰਿਆਂ ਕੋਲ ਖਰਾਦ ਹੁੰਦਾ। ਇਹ ਕੋਈ ਖਾਣ ਵਾਲੀ ਚੀਜ਼ ਹੈ ਕੋਈ ਨਹੀਂ? ਇਹ ਇੱਕ ਪਾਲਿਸ਼ ਵਾਲੀ ਮਸ਼ੀਨ ਹੈ। ਅੱਛਾ ਜੀ, ਇਹ ਜਦੀਦ ਤਰੀਨ ਮਸ਼ੀਨ ਹੈ। ਸਹੀ, ਜਿਹੜਾ ਇਹਦਾ ਸਿਸਟਮ ਹੈ ਉਹ ਨਾਲ ਨਾਲ ਬੋਰਡ ਦੀ ਪੋਜੀਸ਼ਨ ਦੱਸਦੀ ਰਹਿੰਦੀ ਹੈ। ਠੀਕ ਹੋ ਗਿਆ ਜੀ, ਆਹ ਚੈੱਕ ਕਰੋ। ਇਹ ਹੈ ਜੀ ਪ੍ਰੈਸ, ਇਹ ਜੀ ਸਲੀਵ ਫਿਟਿੰਗ, ਸਲੀਵ ਫਿੱਟ ਹੁੰਦੀ ਹੈ ਜੀ, ਇਹਦੇ ਨਾਲ ਪ੍ਰੈਸ ਹੁੰਦਾ, ਪ੍ਰੈਸ ਹੁੰਦਾ ਜੀ, ਵਜ਼ਨ ਉੱਥੇ ਦਬਾਅ ਪਾਉਂਦਾ ਜੀ। ਇਹ ਵੀ ਦੇਖਿਆ ਜੀ। ਬਾਕੀ ਇਸ ਤੋਂ ਅੱਗੇ ਜੀ ਇਹ ਟੈਂਕੀ ਹੈ ਹਵਾ ਵਾਲੀ ਇਹਨਾਂ ਕੋਲ, ਅਤੇ ਇਹ ਮਸ਼ੀਨਾਂ ਨੇ ਜੀ, ਇਹ ਬੜੇ ਅੱਛੇ ਅਤੇ ਸਿਆਣੇ ਮਕੈਨਿਕ ਜੀ ਇਹਨਾਂ ਦੇ ਕੋਲ। ਹੈਡ ਫੇਸਰ ਹੈ। ਸਹੀ, ਹੈਡ ਰੀਫੇਸਰ ਕਹਿੰਦੇ ਨੇ ਇਹਨੂੰ। ਠੀਕ ਹੋ ਗਿਆ ਜੀ। ਇਹ ਜੀ ਆਪਣਾ ਬਲਾਕ ਇਹਨਾਂ ਕੋਲ ਜਿਹੜੇ ਹੋ ਰਹੇ ਆ ਇਸ ਤੋਂ, ਹਾਂਜੀ, ਅੱਗੇ ਹੈਡ ਹੋ ਰਿਹਾ ਜੀ, ਇਹ ਚੈੱਕ ਕਰੋ ਜੀ, ਥੋੜ੍ਹੇ ਜਿਹੇ ਸਾਈਡ 'ਤੇ ਹੋ ਜਾਏ।
ਤੇ ਥੋੜਾ ਜਿਹਾ ਹਾਂਜੀ ਇਹ ਚੈੱਕ ਕਰਨ। ਇਹ ਪਾਕਿਸਤਾਨ ਵਿੱਚ ਜਦੀਦ ਤਰੀਨ ਮਸ਼ੀਨ ਹੈ ਜੀ ਜੀ। ਇਹ ਕੰਪਨੀ ਦਾ ਨਾਂ ਹੈ ਭਾਅ ਜੀ ਸਾਡੀ ਫਰਾਂਸ ਦੀ ਮਸ਼ੀਨ ਹੈ ਸਹੀ। ਇਹ ਨਾਯਾਬ ਚੀਜ਼ ਹੈ ਪਾਕਿਸਤਾਨ ਵਿੱਚ ਕਿਸੇ ਬੋਰਿੰਗ ਵਾਲੇ ਕੋਲ ਨਹੀਂ ਹੋਏਗੀ। ਅੱਛਾ ਜੀ ਇਹ ਤਕਰੀਬਨ ਇਹਦਾ ਰੇਟ ਇਸ ਟਾਈਮ 1.25 ਕਰੋੜ ਰੁਪਏ। 1.25 ਕਰੋੜ ਦੀ ਇਹ ਮਸ਼ੀਨ ਹੈਡ ਦਾ ਕੰਮ ਕਰ ਰਹੀ ਹੈ ਜੀ। ਚਲੋ ਜੀ ਕਰੋ ਸਰ ਜੀ ਕੰਮ ਆਪਣਾ ਕਰੋ ਜੀ। ਇਹ ਕਿਹੜਾ ਹੈਡ ਪਿਆ ਜੀ? ਗਾਜ਼ੀ ਦਾ ਹੀ ਹੈ? ਗਾਜ਼ੀ ਦਾ ਜੀ। ਇਹ ਗਾਜ਼ੀ ਦਾ ਜੀ ਆਪਣਾ ਸਾਡਾ ਟਰੈਕਟਰ ਦਾ ਜੀ ਹੈਡ ਹੈ। ਅਤੇ ਗਾਜ਼ੀ ਦਾ ਜੀ ਦੇਖਿਆ ਜੀ 15 ਸਾਲ ਬਾਅਦ ਇਹਦਾ ਇੰਜਨ ਕਰਵਾ ਰਹੇ ਹਾਂ ਅਤੇ ਇਹਦੀ ਕਰੈਂਕ ਬਿਲਕੁਲ ਹੀ ਸਟੈਂਡਰਡ 'ਤੇ ਨਿਕਲੀ ਹੈ ਅਤੇ ਕੇਮ ਵੀ ਬਿਲਕੁਲ ਸਹੀ ਨਿਕਲੀ ਹੈ। ਬਾਕੀ ਕੋਈ ਛੋਟਾ ਮੋਟਾ ਇਸ਼ੂ ਇੰਜਨ ਦੇ ਵਿੱਚ? ਇਟਲੀ ਦਾ ਪਵਾਇਆ ਜੀ ਜੀ। ਅਜਾ ਪਿਸਟਨ ਵੀ ਜਰਮਨੀ ਦੇ ਪਵਾਇਆ ਜੀ ਜੀ। ਜੋ ਵੀ ਪਾਕਿਸਤਾਨ ਵਿੱਚ ਸਾਰਿਆਂ ਤੋਂ ਅੱਛਾ ਸਮਾਨ ਹੈ। ਸਹੀ ਹੋ ਗਿਆ। ATS ਦਾ ਕੀ ਪਵਾਇਆ ਜੀ? ATS ਜਿਹੜੇ ਟਰੈਕਟਰ ਰਾਡ ਕੋਸ਼ ਪਾ। ਅੱਛਾ ਇਹ ਕਹਿੰਦੇ ਜੀ ਗਾਜ਼ੀ ਟਰੈਕਟਰ ਵਾਸਤੇ ਇਹ ਸਮਾਨ ਦਿੱਤਾ, ਅਗਰ ਮੈਸੀ ਦਾ ਕਰਵਾਉਣਾ ਤਾਂ ਉਹਦੇ ਵਾਸਤੇ ATS ਦਾ ਸਮਾਨ ਅੱਛਾ ਹੈ। ਜਿਹੜੇ ਪਿਸਟਨ ਵਗੈਰਾ ਜਿਹੜੇ ਗਾਜ਼ੀ ਵਾਸਤੇ ATS ਦੇ ਨਹੀਂ ਅੱਛੇ, ਇਹਦੀ ਕੀ ਵਜ੍ਹਾ? ਬਿਲਕੁਲ ਅੱਛੇ ਨਹੀਂ। ਇਹਦੀ ਵਜ੍ਹਾ ਕੀ? ਹੀਟ ਦੀ ਵਜ੍ਹਾ ਤੋਂ ਜਾਂ ਵੈਸੇ? ਉਹਦੀ ਵਜ੍ਹਾ ਕਿ ਉਹਦਾ ਪਿਸਟਨ ਸੀਜ਼ ਹੁੰਦਾ, ਸੀਜ਼ ਹੋ ਜਾਂਦਾ। ATS ਗਾਜ਼ੀ ਦੇ ਵਿੱਚ ਸੀਜ਼ ਹੁੰਦਾ ਸਹੀ, ਲੇਕਿਨ ਜਰਮਨੀ ਦਾ ਮੈਲਾ ਦਾ ਸੀਜ਼ ਨਹੀਂ ਹੁੰਦਾ। ਸਹੀ ਹੋ ਗਿਆ। ATS ਮੈਸੀ ਦਾ ਸੀਜ਼ ਨਹੀਂ ਹੁੰਦਾ। ATS ਮੈਸੀ ਵਾਸਤੇ ਅੱਛਾ ਹੈ, ਮੈਸੀ ਵਾਸਤੇ ਅੱਛਾ, ਤੇ ਫੀਅਟ ਵਾਸਤੇ ਜਿਹੜਾ ਉਹ ਜਰਮਨ ਦਾ ਸਮਾਨ ਹੈ, ਜਰਮਨੀ ਦਾ ਸਮਾਨ। ਠੀਕ ਹੋ ਗਿਆ ਜੀ। ਮੋਟਰਸਾਈਕਲ ਤੇ ਬਾਕੀ ਪੰਪ ਜਿਹੜਾ ਜੀ ਉਹ ਤੁਸੀਂ ਇਟਲੀ ਦਾ ਰਿਕਮੈਂਡ ਕੀਤਾ ਜੀ, ਅੱਛਾ ਪੰਪ ਹੈ ਜੀ। ਤੇ ਅੱਗੇ ਆਪਣੇ ਕੋਲ ਮਕੈਨਿਕ ਜੀ, ਅੱਗੇ ਮੈਂ ਗੱਲਾਂ ਬਾਤਾਂ ਸੁਣੀਆਂ ਨੇ ਮਾਸ਼ਾਅੱਲਾ। ਹਾਜੀ ਸੁਫੀਆਨ ਸਾਹਿਬ ਨੇ ਜੀ, ਹਾਜੀ ਸੁਫੀਆਨ ਸਾਹਿਬ ਜੀ ਜੀ, ਇਹਨਾਂ ਨੇ ਬਹੁਤ ਬੜੀ ਵਰਕਸ਼ਾਪ ਹੈ ਦਮਾਮ ਦੇ ਵਿੱਚ, ਉੱਥੇ 5 ਸਾਲ ਕੰਮ ਕੀਤਾ। ਅੱਛਾ ਇਹਨਾਂ ਨਾਲ ਗੱਲ ਕਰਦੇ ਹਾਂ। ਸਰਡੀ 101 ਜੀ, ERR ਮੇਡ ਇਨ ਫਰਾਂਸ, 3 ਐਂਗਲ ਹੈਡ ਸੀਟ ਕਟਿੰਗ ਮਸ਼ੀਨ ਸਰਡੀ ਫਰਾਂਸ। ਅੱਛਾ ਜੀ ਸਾਹਿਬ, ਤੁਸੀਂ ਪਾਕਿਸਤਾਨ 'ਚ ਜਦੀਦ ਤਰੀਨ ਨਿਜ਼ਾਮ ਹੈ ਜੀ ਜੀ, ਸਾਡੇ ਕੋਲ ਮੁਕੰਮਲ ਸੈਟਅਪ ਬੈਰਕੋ ਫਰਾਂਸ ਇਟਲੀ, ਬੈਰਕੋ ਇਟਲੀ ਜੀ। ਠੀਕ ਹੈ ਜੀ, ਇਹ ਮੁਕੰਮਲ ਸਾਡੇ ਕੋਲ ਸੈਟਅਪ ਹੈ। ਅੱਛਾ ਆਮ ਮਸ਼ੀਨ ਦਾ ਅਤੇ ਇਸ ਮਸ਼ੀਨ ਦਾ ਕੀ ਫਰਕ ਹੈ ਕੰਮ ਦੇ? ਇਹ ਦੁਨੀਆ ਜਦੀਦ ਤਰੀਨ ਨਿਜ਼ਾਮ ਹੈ, ਜੋ ਗੋਰਾ ਕਰਕੇ ਭੇਜਦਾ ਉਹੀ ਤਰੀਕਾਕਾਰ ਇਹਦਾ ਮੁਕੰਮਲ, ਉਹੀ ਇਹਦਾ ਸਿਸਟਮ ਹੈ। ਨਹੀਂ ਇਹ ਤੁਹਾਨੂੰ ਕੰਮ ਕਰਨ 'ਚ ਆਸਾਨੀ ਹੁੰਦੀ ਹੈ ਜੇ ਕੰਮ ਇਹਦੇ ਨਾਲ ਅੱਛਾ ਹੋ ਜਾਂਦਾ? ਨਹੀਂ ਇਹਦਾ ਬੇਸਿਕਲ ਇਹਦਾ ਓਰੀਜਨਲ ਤਰੀਕੇ ਦੇ ਨਾਲ ਜਿਹੜਾ ਕੰਮ ਹੁੰਦਾ ਨਾ, ਉਹ ਇਸੇ ਤਰੀਕੇ ਨਾਲ ਹੀ ਹੁੰਦਾ। ਯਾਨੀ ਪੂਰੇ ਮਿਆਰ? ਹਾਂ ਪੂਰੇ ਮਿਆਰ ਨਾਲ। 3 ਐਂਗਲ ਬਿੱਟ ਹੁੰਦੀਆਂ ਇਹਦੀਆਂ, ਸਹੀ ਸੈਡੀ ਫਰਾਂਸ ਦੀਆਂ ਬਿੱਟਾਂ ਨੇ। ਸਹੀ ਹੋ ਗਿਆ, ਠੀਕ ਹੈ। ਰਿਜ਼ਲਟ ਅੱਛਾ ਸੈਡੀ, ਹਾਂਜੀ ਸੈਡੀ ਹੈਡ ਸੀਟ ਕਟਿੰਗ ਮਸ਼ੀਨ ਬਿਟਸ ਨੇ। ਸਹੀ ਹੋ ਗਿਆ। ਭਾਈ ਸਾਹਿਬ ਦੱਸ ਰਹੇ ਸੀ ਕਿ ਬਾਹਰ ਕੰਮ ਕਰਕੇ ਆਏ? ਹਾਂਜੀ ਹਾਂਜੀ, ਮੈਂ ਸਾਊਦੀਆ ਦੀ ਦਮਾਮ 'ਚ ਕੰਮ ਕੀਤਾ ਹੈ। ਠੀਕ ਹੈ। ਮਦੀਨੇ ਸ਼ਰੀਫ ਵੀ ਮੇਰੇ ਹਾਂ। ਸਹੀ। ਫਿਰ ਕਿਹਦਾ ਨਾਮ? ਦਮਾਮ 'ਚ ਵੀ ਮੇਰੇ, ਹਾਂ ਮੱਕੇ 'ਚ ਵੀ ਤਕਰੀਬਨ ਜਿੰਨੀਆਂ ਵਰਕਸ਼ਾਪਾਂ ਨੇ ਸਾਰੇ ਮੇਰੇ ਦੋਸਤ ਨੇ, ਕਰੀਬੀ ਦੋਸਤ ਨੇ ਮੇਰੇ। ਦਮਾਮ ਕਿਹੜੀ ਜਗ੍ਹਾ ਤੇ ਵਰਕਸ਼ਾਪ? ਸੁਣਾਈਏ। ਦਮਾਮ ਮਕਰਤ ਸੁਣਾਈਏ ਹੈਗਾ ਜੀ। ਹਾਂਜੀ ਹੋ ਗਿਆ ਜੀ, ਬਿਲਕੁਲ ਉਹਦੇ 'ਚ ਹੀ ਕੰਮ ਕਰਦੇ ਹਾਂ। ਉਹਦਾ ਨਾਮ ਮਕਰਤਾ ਨਾਫਾ, ਜਬੇਰ ਰੋਡ ਤੇ। ਹਾਂਜੀ ਮਕਰਤਾ ਨਾਫਾ, ਜਿਹਦੇ 'ਚ ਮੈਂ ਕੰਮ ਕੀਤਾ ਜੀ। ਸਹੀ ਹੋ, ਠੀਕ ਹੈ ਨਾ ਜੀ। ਤੇ ਬਾਕੀ ਇਹ ਦੱਸੋ ਕਿ ਆਪਣਾ ਤਜਰਬਾ ਕਿੰਨਾ ਕਿ ਮਸ਼ੀਨ? 37 ਸਾਲ ਦਾ। ਤੇ ਟਰੈਕਟਰ 37 ਈਅਰ। ਟਰੈਕਟਰ ਤੋਂ ਇਲਾਵਾ ਕਿਹੜੇ ਕਿਹੜਾ ਕਰ ਲੈਂਦੇ? ਦੁਨੀਆ ਦੀ ਹਰ ਕਿਸਮ ਦੀ ਗੱਡੀ ਦਾ, ਆਲ ਵਰਲਡ ਦੁਨੀਆ ਦੀ ਹਰ ਕਿਸਮ ਦੀ ਗੱਡੀ ਦਾ ਕੰਮ ਕਰ, ਪੈਟਰੋਲ ਡੀਜ਼ਲ ਦੁਨੀਆ ਦੀ ਹਰ ਕਿਸਮ ਦੀ ਗੱਡੀ ਦਾ। ਅੱਛਾ ਜਿਹੜੇ ਨਵੇਂ ਮਕੈਨਿਕ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਬਸ ਨਵੇਂ ਉਹਨਾਂ ਦਾ ਅੱਜ ਕੱਲ੍ਹ ਤਜਰਬਾ ਕੋਈ ਨਹੀਂ ਹੈ, ਬਾਬੇ ਮਕੈਨਿਕ ਜਿਹੜੇ ਨੇ ਸਾਰੇ ਪੁਰਾਣੇ ਜਿਹੜੇ ਨੇ ਇਹੀ ਤਜਰਬਾਕਾਰ ਨੇ। ਸਹੀ, ਠੀਕ ਹੈ ਨਾ ਜੀ। ਅੱਗੇ ਭਾਈ ਸਾਹਿਬ ਇਹ ਦੱਸੋ ਕਿ ਸਾਡੇ ਵੀ ਇੱਕ ਮਾਇਆ ਨਾਜ਼ ਇੰਜੀਨੀਅਰ ਹੈ ਨਦੀਮ ਸਾਹਿਬ ਬਰਕੀ, ਲਾਹੌਰ ਤੋਂ। ਨਦੀਮ ਸਾਹਿਬ ਬਰਕੀ, ਉਹਨਾਂ ਨੂੰ ਉਹਨਾਂ ਕੋਲ ਤਾਂ ਮਸ਼ੀਨਰੀ ਨਹੀਂ ਹੈ, ਇਹ ਤਾਂ ਦੁਨੀਆ ਦੀ ਜਦੀਦ ਤਰੀਨ ਮਸ਼ੀਨਰੀ ਨਦੀਮ ਸਾਹਿਬ ਕੋਲ ਨਹੀਂ ਹੈ।
ਦੌਰ ਜੀ ਸੋਸ਼ਲ ਮੀਡੀਆ ਦਾ ਦੌਰ ਇਹਦੇ ਵਿੱਚ ਲੋਕਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਬੇਵਕੂਫ ਬਣਾਉਣਾ ਲੇਕਿਨ ਅਸੀਂ ਨਹੀਂ ਇਹ ਕੰਮ ਕਰਦੇ ਹਾਂ ਅਸੀਂ ਆਪਾਂ ਨੂੰ ਕੰਮ ਕਰਕੇ ਦਿਖਾਈ ਦਾ ਹਾਂਜੀ ਅੱਛਾ ਤੁਸੀਂ ਵੀ ਗਏ ਹੋ ਹਾਂਜੀ ਮੈਂ ਆਪਣੇ ਕੋਲੋਂ ਉਸਕੋ ਦੇਖਾ ਹੈ ਕਿ ਜੋ ਨਦੀਮ ਸਾਹਿਬ ਹੈ ਨਾ ਉਹ ਇਧਰ ਜਾਤੇ ਹੈ ਇਧਰ ਜਾਤੇ ਹੈ ਕਿ ਕਿਸੇ ਕੋ ਬੁਲਾਤੇ ਹੈ ਕਬ ਕਿਸੇ ਕੋ ਬੁਲਾਤੇ ਹੈ ਔਰ ਉਹ ਕਹਤਾ ਕਿ ਇੱਕ ਲੜਕੇ ਕੋ ਕਹਤਾ ਕਿ ਰਿੰਗ ਰਿੰਗ ਸਲੀਪ ਲੈ ਕਰ ਆਓ ਭਾਈ ਹਮਨੇ ਸਲੀਪ ਡਾਲਨੇ ਹੈ ਰਿੰਗ ਡਾਲਨੇ ਹੈ ਉਹ ਹਮਨੇ ਦੇਖਾ ਤੋ ਉਹ ਇੱਕ ਲੋਹੇ ਵਾਲਾ ਕਲਾਮ ਜੋ ਆਮ ਮਿਸਤਰੀ ਜਗੜ ਲਾ ਕਰ ਲਾਤਾ ਵਾ ਉਹ ਲੈ ਕਰ ਆਇਆ ਸੀ ਇਸ ਰਿਪਗੜ ਉਸੇ ਰਿੰਗ ਡਾਲ ਰਿਹਾ ਹਾਲਾਂਕਿ ਉਹ ਇਤਨਾ ਬੜਾ ਫਾਈਨ ਹੈ ਇਤਨਾ ਬੜਾ ਵਰਕਸ਼ਾਪ ਕਾ ਮਾਲਕ ਹੈ ਉਸਕੇ ਪਾਸ ਕਮ ਕਮ ਇੱਕ ਰਿੰਗ ਕਲੈਂਪ ਤੋਂ ਵਲੈਤੀ ਹੋਣਾ ਚਾਹੀਏ ਚਲੋ ਜੀ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ ਸਾਹਿਬ ਮਾਈਕ ਦਿਓ ਅਤੇ ਇਹਨਾਂ ਨਾਲ ਗੱਲਬਾਤ ਕਰ ਲਈਏ ਫਿਰ ਨੰਬਰ ਵੀ ਵਰਕਸ਼ਾਪ ਆਪਣੇ ਰਾਬਤਾ ਨੰਬਰ ਅਤੇ ਐਡਰੈਸ ਵਗੈਰਾ ਦੱਸ ਦਿਓ ਅਗਰ ਕਿਸੇ ਨੇ ਮਾਲੂਮਾਤ ਲੈਣੀ ਹੋਵੇ ਜਾਂ ਕੰਮ ਕਰਵਾਉਣਾ ਇਹ ਜਿਹੜਾ ਮੋਬਾਈਲ ਨੰਬਰ 0300 021 82 72 ਅੱਛਾ ਅਗਰ ਕੋਈ ਦੂਰੋਂ ਬੰਦਾ ਆਪਣਾ ਕੋਈ ਸਮਾਨ ਟਰੈਕਟਰ ਦਾ ਭੇਜ ਦਿੰਦਾ ਤੁਹਾਨੂੰ ਰਾਬਤਾ ਕਰਕੇ ਅਤੇ ਤੁਸੀਂ ਕੰਮ ਕਰਵਾ ਕੇ ਉਹਨੂੰ ਭੇਜ ਸਕਦੇ ਹੋ ਉੱਧਰ ਹਾਂਜੀ ਬਿਲਕੁਲ ਵਸੂਲ ਕਰਕੇ ਉਹਨੂੰ ਵਾਪਸ ਯਾਨੀ ਅੱਡੇ ਦੇ ਬਿਲਕੁਲ ਨਜ਼ਦੀਕ ਅਗਰ ਉਹ ਬੰਦਾ ਬੱਸ 'ਤੇ ਰਖਵਾ ਦਿੰਦਾ ਆਪਣਾ ਇੰਜਨ ਖੁੱਲਿਆ ਹੋਇਆ ਅਤੇ ਉਹਨੂੰ ਸਹੂਲਤ ਮਿਲ ਸਕਦੀ ਹੈ ਪੂਰਾ ਪੂਰਾ ਤਾਮਨ ਹੋ ਜਾਂਦਾ ਅਤੇ ਬਾਕੀ ਰੇਟ ਵੱਲੋਂ ਕਿਸ ਤਰ੍ਹਾਂ ਉਹ ਸਮਾਨ ਜਿਹੜਾ ਤੁਸੀਂ ਕਰਨਾ ਹੈ ਉਹ ਕਿਵੇਂ ਅਰੇਂਜ ਕਰ ਲਓਗੇ ਰੇਂਜ ਅਸੀਂ ਜਿਹੜਾ ਪਾਰਸਲ ਜਿਹੜਾ ਉਹ ਜਿਹੜਾ ਦੁਕਾਨਦਾਰ ਹੈ ਤੁਹਾਨੂੰ ਲਵਾਂਗੇ ਹਾਂਜੀ ਦੂਸਰੀ ਚੀਜ਼ ਤੁਹਾਨੂੰ ਬਿੱਲ ਭੇਜ ਦੇਵਾਂਗੇ ਸਾਰਾ ਸਹੀ ਕਈ ਬੰਦੇ ਕਹਿੰਦੇ ਨੇ ਸਮਾਨ ਏਟੀਐਸ ਟਰੈਕਟਰ ਚ ਪਾਓ ਕਈ ਕਹਿੰਦੇ ਨੇ ਕੋਈ ਪਾਓ ਕਿਸੇ ਕੰਪਨੀ ਦਾ ਦੇਖੋ ਜੀ ਹਰ ਕੰਪਨੀ ਦਾ ਸਮਾਨ ਜਿਹੜਾ ਉਹਦੀਆਂ ਸਾਰੀਆਂ ਚੀਜ਼ਾਂ ਸਹੀ ਨਹੀਂ ਹੁੰਦੀਆਂ ਮਿਆਰੀ ਨਹੀਂ ਹੁੰਦੀਆਂ ਜੀ ਜੀ ਗੋਡਸ ਦਾ ਕੁਛ ਚੀਜ਼ਾਂ ਅੱਛੀਆਂ ਨੇ ਕੁਛ ਗਲੈਜ਼ਨ ਦੀਆਂ ਅੱਛੀਆਂ ਨੇ ਅਜੇ ਕੁਛ ਏਟੀਐਸ ਦੀਆਂ ਅੱਛੀਆਂ ਨੇ ਸਹੀ ਅੱਛਾ ਯਾਨੀ ਕਿ ਮੁਖਤਲਫ ਹੈ ਜਿਹੜਾ ਸਮਾਨ ਸਾਡੀ ਚੈਕਿੰਗ ਵੀ ਜਾਂਦਾ ਫਿਰ ਉਹ ਤੁਸੀਂ ਆਪ ਸਿਲੈਕਟ ਕਰ ਦਿਓ ਹਾਂਜੀ ਠੀਕ ਹੋ ਗਿਆ ਜੀ ਇੰਜਣ ਇੱਥੇ ਆਇਆ ਪਿਆ ਕਿਹੜੀ ਸ਼ਾਇਦ ਹੈ ਜੀ ਬੱਸ ਦਾ ਇਹ ਮਸਜਿਦ ਹੈ ਇਹ ਜੀ ਡੰਪਰ ਦਾ ਇੰਜਣ ਜੀ ਇਹ ਵੀ ਇੱਥੇ ਹੋ ਰਿਹਾ ਜੀ ਹਾਰਵੈਸਟਰ ਦਾ ਵੀ ਕਰ ਲੈਂਦੇ ਆ ਜੀ ਹਾਰਵੈਸਟਰ ਦਾ ਵੀ ਹਰ ਕਿਸਮ ਦਾ ਇੰਜਣ ਕਰੀਦਾ ਠੀਕ ਹੋ ਗਿਆ ਜੀ ਨੀਨੋ ਦਾ ਆਵੇ ਸੀਨੋ ਦਾ ਆਵੇ ਸਹੀ ਅੱਛਾ ਜੀ ਸਾਹਿਬ ਤੁਸੀਂ ਕਿਹੜੇ ਇੰਜਣ ਆਪਣੇ ਕਰ ਲੈਂਦੇ ਯਾਨੀ ਕਿ ਹਰ ਕਿਸਮ ਦਾ ਠੀਕ ਹੈ ਜੀ ਯਾਨੀ ਕਿ ਸੁਜ਼ੂਕੀ ਕਾਰ ਤੋਂ ਲੈ ਕੇ ਅੱਛਾ 16 ਸਿਲੰਡਰ ਤੱਕ ਚਾਹੇ ਪੈਟਰੋਲ ਹੈ ਚਾਹੇ ਡੀਜ਼ਲ ਹੈ ਕੋਈ ਵੀ ਇੰਜਣ ਹੈ ਸਹੀ ਹੋ ਗਿਆ ਅੱਛਾ ਕੋਈ ਇਸ ਤਰ੍ਹਾਂ ਦਾ ਇੰਜਣ ਆਇਆ ਹੋਵੇ ਜਿਹੜਾ ਕਿਸੇ ਪਾਸਿਓਂ ਲਾ ਜੋ ਹੋ ਗਿਆ ਤੁਹਾਡੇ ਕੋਲ ਹੀ ਆ ਕੇ ਸਹੀ ਹੋਇਆ ਕੋਆਇਆ ਇਸ ਤਰ੍ਹਾਂ ਦੇ ਕਈ ਆਉਂਦੇ ਨੇ ਅਲਹਮਦੁਲਿਲਾ ਜਿਹਨੂੰ ਜਵਾਬ ਮਿਲਦਾ ਉਹ ਕਹਿੰਦੇ ਇਹਨੂੰ ਲਾਹੌਰ ਲੈ ਜਾਓ ਅਤੇ ਉਹ ਫਿਰ ਲਾਹੌਰੋਂ ਵੀ ਮੁੜ ਕੇ ਆਇਆ ਕੋਈ ਹਾਂ ਲੇਕਿਨ ਅਲਹਮਦੁਲਿਲਾ ਯਾਨੀ ਕਿ ਉਹਨਾਂ ਨੂੰ ਕਰੀਦਾ ਅਤੇ ਉਹਦੇ ਵਿੱਚ ਜਿਹੜਾ ਹੈ ਰਿਜ਼ਲਟ 100% ਮਾਡਲ 14 ਹੈ ਜੀ 14 ਮਾਡਲ ਹੈ ਔਰ ਇਸ ਕੋ ਹਮਨੇ ਕਾਲਰ ਵਾਲੇ ਸਲੀਪ ਲਗਾਇਆ ਹੈ ਜੋ ਪਹਿਲੇ ਇਸਮੇ ਜੈਨੁਇਨ ਸਲੀਪ ਆਤਾ ਹੈ ਉਹ ਬਗੈਰ ਕਾਲਰ ਕੇ ਆਤਾ ਹੈ ਉਹ ਹਮਨੇ ਨਿਕਲਵਾ ਦਿੱਤੇ ਔਰ ਬਾਅਦ ਮੇ ਇਸਕੇ ਜੋ ਕਾਲਰ ਉੱਪਰ ਆਈ ਹੋਈ ਹੈ ਕਾਲਰ ਵਾਲੇ ਸਲੀਪ ਲਗਵਾਤੇ ਹੈ ਇਹ ਦੇਖ ਲਓ ਕਿ ਜੋ ਮਿਸਤਰੀ ਹਜ਼ਰਾਤ ਹੋਤੇ ਹੈ ਸੀਟੇ ਪਟਵਾ ਦਿੱਤੇ ਹੈ ਇਨਕੀ ਜੈਨੁਇਨ ਸੀਟੇ ਹੈ ਔਰ ਮੈਨੇ ਕਹਾ ਹੈ ਇਨ ਸੀਟੋਂ ਕੋਈ ਪਾਲਿਸ਼ ਕਰਨਾ ਹੈ ਇਨਕੀ ਖੁਦਾਈ ਕਰਨੀ ਹੈ।